ਸਤਿ ਸ੍ਰੀ ਅਕਾਲ ਜੀ, ਚੜ੍ਹਦੀ ਕਲਾ ਟਾਈਮ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖਬਰ ਦੇ ਨਜ਼ਰ ਵਿਦ ਡਾਕਟਰ ਹਰਜਿੰਦਰ ਸਿੰਘ ਵਾਲੀ ਸ਼ੋਅ ਦੇ ਵਿੱਚ। ਮੈਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਡਾਕਟਰ ਸਾਹਿਬ ਜੀ, ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਸ਼ੁਕਰੀਆ ਖਾਲਸਾ ਜੀ, ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਜੇ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਪੰਚਾਇਤੀ ਚੋਣਾਂ ਦਸੰਬਰ ਦੇ ਆਖਰੀ ਹਫ਼ਤੇ ਹੋ ਸਕਦੀਆਂ ਨੇ, ਗੱਲ ਕਹੀ ਹੈ ਪੰਜਾਬ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜੋ ਕੱਲ੍ਹ ਆਪ ਜੀ ਦੇ ਸ਼ੋਅ ਖਰੀਆਂ ਗੱਲਾਂ ਜੋ ਕਿ ਹਰ ਸ਼ੁਕਰਵਾਰ ਰਾਤ 9:30 ਵਜੇ ਟੈਲੀਕਾਸਟ ਹੁੰਦਾ, ਉਹਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੇ ਸਨ ਅਦਾਰਾ ਚੜ੍ਹਦੀ ਕਲਾ ਵਿੱਚ। ਹੋਰ ਉਹਨਾਂ ਨਾਲ ਕੀ ਗੱਲਾਂ ਹੋਈਆਂ ਜੀ ਅਸੀਂ ਚਾਹਵਾਂ ਜੀ? ਕੱਲ੍ਹ ਤੁਸੀਂ ਠੀਕ ਕਹਿ ਰਹੇ ਹੋ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਏ ਸੀ ਜੀ, ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਮੰਤਰੀ, ਅਤੇ ਕਾਫੀ ਖੁੱਲ੍ਹ ਕੇ ਗੱਲਾਂ, ਹਾਈ ਪ੍ਰੋਗਰਾਮ ਹੀ ਖਰੀਆਂ ਗੱਲਾਂ ਜੀ ਜੀ, ਅਤੇ ਖਰੀਆਂ ਗੱਲਾਂ ਹੋਈਆਂ। ਉਹ ਤਾਂ ਤੁਸੀਂ ਸਾਰੇ ਦਰਸ਼ਕਾਂ ਨੂੰ ਪਤਾ ਕਿ ਉਹ ਡਿਟੇਲ 'ਚ ਦੇਖ ਸਕਦੇ ਨੇ। ਸ਼ੁੱਕਰਵਾਰ ਨੂੰ ਆਏ ਸ਼ੁੱਕਰਵਾਰ ਉਹ ਹੁੰਦਾ 9:30 ਵਜੇ, ਜਿਵੇਂ ਅੱਜ ਰਾਤ ਨੂੰ 9:30 ਵਜੇ ਜਿਹੜੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਚੀਮਾ ਨਾਲ ਹੋਣੀਆਂ ਨੇ, ਬਾਜਵਾ ਸਾਹਿਬ ਨਾਲ ਅਗਲੇ ਹਫ਼ਤੇ ਹੋਣੀਆਂ ਨੇ, ਰਿਕਾਰਡ ਕੱਲ੍ਹ ਹੋਈਆਂ ਔਰ ਅਗਲੇ ਦਿਨ ਰਿਪੀਟ ਹੁੰਦੀਆਂ ਨੇ 9:30 ਵਜੇ 11:30 ਵਜੇ ਦਿਨੇ। ਤੋ ਉਹ ਜਿਹੜੀ ਗੱਲ ਤੁਸੀਂ ਪੁੱਛੀ ਹੈ ਬਹੁਤ ਇੰਪੋਰਟੈਂਟ ਗੱਲ ਇਸ ਕਰਕੇ ਸੀ ਕਿ ਕਈ ਵਾਰੀ ਪੋਸਟਪੋਨ ਕਰ ਚੁੱਕੇ ਜੀ, ਬਿਲਕੁਲ। ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਤੁਸੀਂ ਕਿਉਂ ਨਹੀਂ ਕਰ ਰਹੇ ਪੰਚਾਇਤੀ ਚੋਣਾਂ, ਅਤੇ ਫਿਰ ਉਹਨਾਂ ਦੱਸਿਆ ਕਿ ਅਸੀਂ ਲਿਖਿਆ ਕਿ ਦਸੰਬਰ ਦੇ ਆਖਰੀ ਹਫ਼ਤੇ ਦੇ ਵਿੱਚ ਹੋਣਗੀਆਂ। ਉਹਦਾ ਕਾਰਨ ਵੀ ਉਹਨਾਂ ਨੇ ਸਪਸ਼ਟ ਦੱਸਿਆ ਕਿ ਅਸੀਂ 50% ਜਿਹੜੀਆਂ ਔਰਤਾਂ ਨੂੰ ਰਿਜ਼ਰਵੇਸ਼ਨ ਦੇ ਕਾਰਨ ਇਹ ਸਾਰਾ ਕੁਛ ਲੇਟ ਹੋਇਆ, ਪਰ ਹੁਣ ਉਹ ਕਹਿੰਦੇ ਅਸੀਂ ਕਰ ਦਾਂਗੇ। ਜਦੋਂ ਉਹਨਾਂ ਨੂੰ ਇਹ ਕਿਹਾ ਕਿ ਡੋਪ ਟੈਸਟ ਵਾਲੀ ਗੱਲ ਅਤੇ 10ਵੀਂ ਪਾਸ ਵਾਲੀ ਗੱਲ, ਜਿੱਥੇ ਤੱਕ ਡੋਪ ਟੈਸਟ ਆ, ਉਹ ਕਹਿੰਦੇ ਵੀ ਭਾਵੇਂ ਇਹ ਨਹੀਂ, ਪਰ ਘੱਟੋ ਘੱਟ ਇੱਕ ਅਵੇਅਰਨੈਸ ਹੋਈ ਕਿ ਡੋਪ ਟੈਸਟ ਦੇ ਮਾਮਲੇ 'ਚ। ਖਾਸ ਤੌਰ 'ਤੇ ਜਦੋਂ ਉਹਨਾਂ ਨੇ ਕਿਹਾ ਕਿ ਜਿਵੇਂ ਬਾਕੀ ਸਟੇਟ 'ਚ ਹਰਿਆਣਾ ਵੀ ਕਿ ਘੱਟੋ ਘੱਟ 10ਵੀਂ ਪਾਸ, ਉਹ ਕਹਿੰਦੇ ਇਹ ਤਾਂ ਨਹੀਂ ਹੋ ਸਕਦਾ। ਹੁਣ ਕਹਿੰਦੇ ਕੋਈ 10ਵੀਂ ਪਾਸ ਮੇਰੇ ਵਰਗਾ ਮਿਨਿਸਟਰ ਬਣ ਸਕਦਾ? ਅਨਪੜ੍ਹ ਮਿਨਿਸਟਰ ਬਣੇ ਦੇਖੇ ਨੇ, ਗਵਰਨਰ ਬਣੇ ਦੇਖੇ ਨੇ, ਅਤੇ ਇੱਕ ਅਨਪੜ੍ਹ ਸਰਪੰਚ ਨਹੀਂ ਬਣ ਸਕਦਾ? ਇਹ ਉਹਨਾਂ ਨੇ ਤਰਕ ਦਿੱਤਾ, ਕਹਿੰਦੇ ਜਿਹੜੀ ਕੁਆਲੀਫਿਕੇਸ਼ਨ ਤਾਂ ਅਸੀਂ ਨਹੀਂ ਜੀ। ਬਾਕੀ ਜਿਹੜੇ ਤੁਸੀਂ ਹੋਰ ਗੱਲਾਂ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ, ਹੁਣ ਕਿਉਂਕਿ ਉਹ ਤਾਂ ਪੂਰਾ 45 ਮਿੰਟ ਦਾ ਪ੍ਰੋਗਰਾਮ ਰਿਕਾਰਡਿੰਗ ਹੈ, ਅਤੇ ਉਹਦੇ 'ਚ ਅਹਿਮ ਗੱਲ ਮੈਂ ਦੱਸ ਦਿੰਦਾ ਜਿਹੜੀ ਮੈਨੂੰ ਲੱਗਦਾ ਕਿ ਇੱਕ ਕਾਂਗਰਸ ਦੇ ਸੀਨੀਅਰ ਮੰਤਰੀ ਦੇ ਮੂੰਹੋਂ ਜਦੋਂ ਇਹ ਖਰੀ ਗੱਲ ਨਿਕਲਦੀ ਹੈ ਕਿ ਹਾਂ ਸਾਰੇ ਕਰਪਟ ਨੇ, ਡਿਗਰੀ ਦਾ ਫਰਕ ਹੈ ਜੀ ਜੀ, ਜਿਹੜੀ ਕਰਪਸ਼ਨ ਬਾਰੇ ਕੋਈ ਮੰਨਦਾ ਨਹੀਂ ਸੀ, ਲੇਕਿਨ ਬਾਜਵਾ ਸਾਹਿਬ ਆਪਦੇ ਪ੍ਰੋਗਰਾਮ 'ਚ ਮੰਨੇ ਨੇ ਕਿ ਕਰਪਸ਼ਨ ਹੈ ਔਰ ਡਿਗਰੀ ਦਾ ਫਰਕ ਹੈ, ਕੋਈ ਕੋਈ ਘੱਟ ਕੋਈ ਵੱਧ। ਖਾਸ ਤੌਰ 'ਤੇ ਸਿੱਧੂ ਦੇ ਨਾਂ 'ਤੇ ਮੈਂ ਕਿਹਾ ਤੁਸੀਂ ਕਿਉਂ ਚੜਦੇ ਹੋ, ਹਰ ਗੱਲ ਸਿੱਧੂ ਦੀ, ਨਵਜੋਤ ਸਿੱਧੂ ਦੀ ਕੱਟਦੇ ਹੋ, ਚਾਹੇ ਮਾਈਨਿੰਗ ਪਾਲਿਸੀ ਹੋਵੇ, ਚਾਹੇ ਉਹ ਹੋਵੇ ਦੂਸਰਾ ਕਾਲੋਨੀ ਦੇ ਮਾਮਲੇ 'ਚ, ਨਜਾਇਜ਼ ਕਲੋਨੀ, ਤੁਸੀਂ ਕਿਉਂ ਉਹਦੇ ਹਰ ਇੱਕ ਗੱਲ 'ਚ ਵਿਰੋਧ ਕਿਉਂ ਕਰਦੇ ਹੋ? ਅਤੇ ਹੁਣ ਤੁਸੀਂ ਵਿਰੋਧ ਕਰ ਰਹੇ ਹੋ ਉਹਦਾ ਜਿਹੜਾ ਪਾਕਿਸਤਾਨ ਗਿਆ, ਅਤੇ ਉੱਥੇ ਜਿਹੜਾ ਮੈਨੂੰ ਲੱਗਿਆ ਕਿ ਬਾਜਵਾ ਸਾਹਿਬ ਦੀ ਇਹ ਤਲਕੀ ਦਾ ਉਹਨਾਂ ਨੇ ਜੋ ਜਵਾਬ ਦਿੱਤਾ ਸਿੱਧੂ ਦੇ ਨਾਲ, ਕਹਿੰਦੇ ਤੁਸੀਂ ਸਿੱਧੂ ਨੂੰ ਵਾਰ ਵਾਰ ਕਿਉਂ ਇੰਨਾ ਚੱਕ ਰਹੇ ਹੋ ਮੀਡੀਆ ਵਾਲੇ, ਕੀ ਐਡੀ ਗੱਲ ਮਤਲਬ ਹੋ ਗਈ ਹੈ ਜਿਹੜੀ ਤੁਸੀਂ? ਅਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਤਰਕ ਇਹ ਸੀ ਵੀ ਜਿਹੜਾ ਮੇਰੇ ਲੀਡਰ ਨੇ ਕਿਹਾ ਅਤੇ ਉਹ ਗੱਲ ਅਸੀਂ ਤਾਂ ਉਹਦੇ ਨਾਲ ਹਾਂ, ਅਤੇ ਅਸੀਂ ਸਮਝਦੇ ਹਾਂ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਕਈ ਗੱਲਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਆਪਣੇ ਦਾਇਰੇ 'ਚ ਰਹਿਣਾ ਚਾਹੀਦਾ, ਇਹ ਦਾਇਰਾ ਉਹਨਾਂ ਦਾ ਨਹੀਂ ਸੀ ਕਿ ਦੋ ਦੇਸ਼ਾਂ ਦੀ ਗੱਲ ਹੈ ਅਤੇ ਉਹ ਸਿੱਧੂ ਦਾ ਇਹਦੇ 'ਚ ਕੀ ਰੋਲ ਹੈ ਇਸ ਕਿਸਮ ਦੀ। ਅਤੇ ਇੱਕ ਜਿਹੜਾ ਹੋਰ ਨੁਕਤਾ ਜਿਹੜਾ ਮੈਂ ਸਮਝਦਾ ਕਿ ਕਾਫੀ ਅਹਿਮ ਜਿਹੜਾ ਬਾਜਵਾ ਸਾਹਿਬ ਨੇ ਉਠਾਇਆ, ਨਾ ਸਿਰਫ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ, ਉਹ ਉਠਾਇਆ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ 'ਚ। ਮੈਂ ਜਦੋਂ ਪੁੱਛਿਆ ਕਿ ਬਾਜਵਾ ਸਾਹਿਬ ਨੂੰ ਤੁਸੀਂ ਕਿਉਂ ਇੱਕ ਪਾਸੇ ਭਤੀਜਾ ਕਹਿੰਦੇ ਹੋ, ਇੱਕ ਪਾਸੇ ਬਾਜਵਾ ਦੇ ਖਿਲਾਫ਼, ਕਹਿੰਦੇ ਜਦੋਂ ਸਾਡੀ ਸਰਕਾਰ ਦੇ ਖਿਲਾਫ਼ ਬੋਲਦਾ ਉਹ, ਇਹ ਕਹਿੰਦਾ ਕਿ ਅਸੀਂ ਕੋਈ ਵਾਅਦਾ ਨਹੀਂ ਪੂਰਾ ਕੀਤਾ। ਮੈਂ ਕਿਹਾ ਫਿਰ ਤੁਸੀਂ ਵਾਅਦਾ ਕਿਹੜਾ ਪੂਰਾ ਕੀਤਾ? ਅਤੇ ਫਿਰ ਉਹ ਆਪਦਾ ਜਿਹੜਾ ਮੰਤਰੀ ਕਹਿੰਦੇ ਹੁੰਦੇ ਨੇ ਕਿ 2 ਲੱਖ ਅਸੀਂ ਕਰਜ਼ਾ ਮਾਫ਼ ਕਰਤਾ, ਜੇ ਉਹ ਜੋ ਵੀ ਚੱਲਦਾ, ਇਹ ਸਾਰੀ ਗੱਲ ਤਾਂ ਡਿਟੇਲ 'ਚ ਜਦੋਂ ਇਹ ਪ੍ਰੋਗਰਾਮ ਦੇਖ ਕੇ ਹੋਏਗਾ। ਲੇਕਿਨ ਜਿਹੜੀ ਅੱਜ ਦੇ ਇਸ ਪ੍ਰੋਗਰਾਮ ਦੀ ਅਹਿਮੀਅਤ ਹੈ ਕਿ 2 ਦਸੰਬਰ ਦੇ ਅਖੀਰ ਦੇ ਵਿੱਚ ਸ਼ਾਇਦ ਪੰਚਾਇਤ ਦੀਆਂ ਚੋਣਾਂ ਹੋ ਜਾਣ, ਉਹਦਾ ਕਾਰਨ ਵੀ ਹੈ। ਜੇ ਜਨਵਰੀ 'ਚ ਹੁੰਦੀਆਂ ਨੇ ਤਾਂ ਫਿਰ ਕਾਨੂੰਨੀ ਤੌਰ 'ਤੇ ਹੋਰ ਅੜਚਣ ਆ ਸਕਦੀ ਹੈ ਕਿ ਫਿਰ ਇਹਨਾਂ ਨੂੰ ਵੋਟਰ ਸੂਚੀ ਰਿਵਾਈਜ਼ ਕਰਨੀ ਪੈ ਸਕਦੀ ਹੈ, ਅਤੇ ਜਿਹੜੀ ਜਦੋਂ ਵੋਟਰ ਸੂਚੀ ਰਿਵਾਈਜ਼ ਹੁੰਦੀ ਹੈ ਤਾਂ ਫਿਰ ਕਾਫੀ ਲੰਬੀ ਪ੍ਰੋਸੈਸ ਚਲਾ ਜਾਏਗਾ। ਅਤੇ ਲੱਗਦਾ ਇਹ ਹੈ ਕਿ ਇਸ ਦਸੰਬਰ ਦੇ ਅਖੀਰ ਦੇ ਵਿੱਚ ਪੰਜਾਬ ਦੇ ਵਿੱਚ ਲੋਕਤੰਤਰ ਜਿਹੜਾ ਹੈ
ਉਹਦੀ ਸਭ ਤੋਂ ਜਿਹੜੀ ਥੱਲੜੀ ਪੌੜੀ ਹੈ ਪੰਚਾਇਤ ਚੋਣਾਂ ਉਹ ਸ਼ਾਇਦ ਮਤਲਬ ਹੋ ਜਾਣ ਜਿਵੇਂ ਲੱਗ ਰਿਹਾ ਇਹਨਾਂ ਨੇ ਲਿਖ ਕੇ ਭੇਜ ਦਿੱਤਾ ਚੋਣ ਕਮਿਸ਼ਨ ਨੂੰ। ਜੀ ਡਾਕਟਰ ਸਾਹਿਬ, ਹੁਣ ਗੰਨਾ ਕਾਸ਼ਤਕਾਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਕੱਲ੍ਹ ਨਿਤਰਿਆ ਜੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 400 ਕਰੋੜ ਦਵਾਵਾਂਗੇ ਕਿਸਾਨਾਂ ਨੂੰ। ਇਹ ਗੱਲ ਉਹਨਾਂ ਨੇ ਗੁਰਦਾਸਪੁਰ ਦੇ ਨਹਿਰੂ ਪਾਰਕ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਮੈਂ ਉਹਨਾਂ ਦਾ ਜਿਹੜਾ ਸੰਬੋਧਨ ਭਾਸ਼ਣ ਸੁਣਿਆ ਸੁਖਬੀਰ ਸਿੰਘ ਬਾਦਲ ਦਾ, ਸੱਚਮੁੱਚ ਮੈਨੂੰ ਇਹ ਲੱਗ ਰਿਹਾ ਕਿ ਕੋਈ ਵੀ ਮੌਕਾ ਜਿਹੜਾ ਜ਼ਮੀਨ ਤਲਾਸ਼ਣ ਦਾ, ਬਿਲਕੁਲ ਜੀ, ਜਾਂ ਜ਼ਮੀਨ ਉਹਨਾਂ ਦੇ ਪੈਰਾਂ 'ਚੋਂ ਨਾ ਖਿਸਕੇ, ਜੀ ਜੀ, ਬੇਅਦਬੀ ਦਾ ਮਾਮਲਾ ਹੋਵੇ ਕੋਈ ਹੋਵੇ, ਜਿਹੜੀ ਜ਼ਮੀਨ ਖਿਸਕ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ 'ਚੋਂ ਲਗਾਤਾਰ, ਉਹਨੂੰ ਬਚਾਉਣ ਦੀ ਕੋਸ਼ਿਸ਼ ਹੈ। ਇਹ ਵੀ ਉਹਦੇ ਬਚਾਉਣ ਦੀ ਕੋਸ਼ਿਸ਼ ਸੀ। ਕਿਸਾਨ ਲਗਾਤਾਰ ਲੜ ਰਹੇ ਨੇ ਕਿ ਉਹਨਾਂ ਦਾ ਬਕਾਇਆ ਦਿਓ 400 ਕਰੋੜ, ਔਰ ਕਦੇ ਰੇਲ ਰੋਕਦੇ ਨੇ, ਕਦੇ ਮਤਲਬ ਉਹ ਧਰਨੇ ਦੇ ਰਹੇ ਨੇ। ਉਹਦੇ ਹੱਕ 'ਚ ਸੁਖਬੀਰ ਸਿੰਘ ਬਾਦਲ ਕੱਲ੍ਹ ਬੋਲੇ ਨੇ, ਉਹਦੇ ਹੱਕ 'ਚ ਬੋਲੇ ਨੇ, ਕਾਂਗਰਸ ਦੇ ਖਿਲਾਫ਼ ਬੋਲੇ ਨੇ, ਔਰ ਬਿਲਕੁਲ ਉਸ ਤਰ੍ਹਾਂ ਦੀ ਪੋਲ ਖੋਲ ਰੈਲੀ ਵਾਲਾ ਕੰਮ ਸੀ। ਸਾਰੀ ਜਿਹੜੀ ਮਾਝੇ ਦੀ ਲੀਡਰਸ਼ਿਪ ਉੱਥੇ ਸੀ, ਜਿਹੜੀ ਹੁਣ ਉਹਨਾਂ ਨਾਲ ਹਾਲੇ ਬਚੀ ਹੈ, ਵੱਡੀ ਲੀਡਰਸ਼ਿਪ ਤਾਂ ਚਲੀ ਗਈ ਉਹਨਾਂ ਦੇ, ਅਤੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਘੱਟੋ ਘੱਟ ਉਹਨਾਂ ਨੂੰ ਐਂ ਲੱਗਦਾ ਗੰਨਾ ਕਾਸ਼ਤਕਾਰਾਂ ਨੂੰ ਤਾਂ ਆਪਣੇ ਨਾਲ ਜੋੜ ਲਈਏ, ਅਤੇ ਉਹਦੇ ਲਈ ਫਿਰ ਉਹਨਾਂ ਨੇ ਕੱਲ੍ਹ ਭਾਸ਼ਣ ਦਿੱਤੇ। ਅਦਰਵਾਈਜ਼ ਉਹਨਾਂ ਨੇ ਜਿਹੜੀਆਂ ਕ੍ਰਿਟੀਸਾਈਜ਼ ਕਰਨਾ ਹੁੰਦਾ ਕਿ ਕਾਂਗਰਸ ਨੇ ਵਾਅਦੇ ਨਹੀਂ ਪੂਰੇ ਕੀਤੇ, ਕਾਂਗਰਸ ਨੇ ਠੱਗੀ ਮਾਰੀ, ਅਸੀਂ ਇੰਨਾ ਕੀਤਾ, ਅਸੀਂ ਸੜਕਾਂ ਬਣਾਈਆਂ, ਉਹ ਸਾਰੀਆਂ ਗੱਲਾਂ ਜਿਹੜੀਆਂ ਮੇਰਾ ਖਿਆਲ ਲੋਕਾਂ ਦੇ ਯਾਦ ਵੀ ਹੋ ਗਿਆ ਹੋਣਗੀਆਂ, ਜੋ ਸੁਖਬੀਰ ਬਾਦਲ ਹਰ ਇੱਕ ਭਾਸ਼ਣ 'ਚ ਕਰਦੇ ਨੇ ਉਹ ਹੀ ਕੀਤੀਆਂ। ਜੀ ਡਾਕਟਰ ਸਾਹਿਬ, ਜੇ ਕਿਸਾਨਾਂ ਦੀ ਗੱਲ ਚੱਲੀ ਹੈ ਤਾਂ 5 ਤਰੀਕ ਨੂੰ ਜੋ ਸਰਕਾਰ ਆ ਉਹ ਕਰਜ਼ ਮੁਆਫ਼ੀ ਦੀ ਜੋ ਅਗਲੀ ਪ੍ਰੋਸੈਸ ਸ਼ੁਰੂ ਕਰੇਗੀ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਦੇਖੋ ਜੀ, ਦਾਅਵਾ ਜਿਹੜੀ ਮੈਂ ਆਪ ਨਹੀਂ ਕਹਿ ਰਿਹਾ, ਕਾਂਗਰਸ ਸਰਕਾਰ ਦੇ ਦਾਅਵੇ ਦੀ ਗੱਲ ਕਰਦਾ, ਉਹਨਾਂ ਨੇ ਦਾਅਵਾ ਇਹ ਕੀਤਾ ਸੀ ਕਿ ਜਿਹੜੇ 2 ਲੱਖ ਤੱਕ, 2 ਏਕੜ ਤੱਕ ਜਿਹੜੇ ਕਿਸਾਨ ਨੇ ਉਹਨਾਂ ਨੂੰ 2 ਲੱਖ ਤੱਕ ਦਾ ਕਰਜ਼ਾ ਮਾਫ਼ ਕੀਤਾ, ਉਹ ਕੀਤਾ 3,24,000 ਕਿਸਾਨਾਂ ਦਾ। ਹੁਣ ਉਹ ਕਹਿੰਦੇ ਨੇ ਅਸੀਂ ਸੂਚੀਆਂ ਫਿਰ ਬਣਾਤੀਆਂ, ਜਿਹੜੇ ਪੰਜਾਬ 'ਚ ਕਿਸਾਨ ਨੇ ਜਿਨ੍ਹਾਂ ਦੇ ਕੋਲ 5 ਏਕੜ ਤੱਕ ਦੀ ਜ਼ਮੀਨ ਹੈ ਉਹ ਹੈ 2,17,000, ਉਹਨਾਂ ਦਾ ਕਰਜ਼ਾ ਮਾਫ਼ ਕਰਨ ਵਾਲੀ ਜਿਹੜੀ ਆ ਗਈ ਸੂਚੀ ਪੂਰੀ ਪਹੁੰਚ ਗਈ ਹੈ, ਅਤੇ ਅਸੀਂ ਸ਼ੁਰੂ ਕਰਾਂਗੇ, ਅਤੇ ਉਹ ਇਸ ਦਾ ਦਿਨ ਉਹਨਾਂ ਨੇ 5 ਦਸੰਬਰ ਦਿੱਤੀ ਹੈ। ਦੇਖੋ ਕਿੰਨਾ ਕਰਦੇ ਨੇ, ਲੇਕਿਨ ਇਹਦੇ ਨਾਲ ਉਹ ਜੋੜ ਕੇ ਜ਼ਰੂਰ ਕਹਿ ਰਹੇ ਨੇ ਕਿ ਅਸੀਂ ਕਰਜ਼ੇ ਮਾਫ਼ ਕਰ ਰਹੇ ਹਾਂ, ਜਿਹਨੂੰ ਮਰਜ਼ੀ ਪੁੱਛੋ ਅਸੀਂ ਵਾਅਦਾ ਪੂਰਾ ਕਰਤਾ। ਸਿਰਫ ਇੱਥੇ ਨਹੀਂ, ਮੱਧ ਪ੍ਰਦੇਸ਼ 'ਚ ਰਾਹੁਲ ਗਾਂਧੀ ਨੇ ਭਾਸ਼ਣ ਦਿੰਦੇ ਹੋ ਅੱਜ ਕੱਲ੍ਹ ਇਲੈਕਸ਼ਨ ਦੇ ਦੌਰਾਨ ਬਹੁਤ ਬਾਰੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਪੰਜਾਬ 'ਚ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ, ਉਵੇਂ ਅਸੀਂ ਜਿਹੜਾ ਹੈ ਮੱਧ ਪ੍ਰਦੇਸ਼ 'ਚ ਵੀ ਕਰਾਂਗੇ, ਅਤੇ ਕਿਵੇਂ ਕਰਨਗੇ, ਕਿੰਨਾ ਕੁ ਕੀਤਾ। ਜਦੋਂ ਕੈਪਟਨ ਸਾਹਿਬ ਕਹਿੰਦੇ ਸੀ ਸਾਰੀ ਲੀਕ ਫੇਰ ਦਾਂਗੇ, ਉਹ ਤਾਂ ਨਹੀਂ ਲੀਕ ਫੇਰੀ, ਅਤੇ ਜਿੰਨੇ ਕੁ ਗਿਣਤੀ 'ਚ ਹੋ ਰਿਹਾ, ਅਤੇ ਹੁਣ 5 ਏਕੜ ਵਾਲੇ ਆ ਰਹੇ ਨੇ, ਅਤੇ ਜਿੰਨੇ ਵੀ ਆ ਰਹੇ ਨੇ ਉਹ ਜਿਵੇਂ ਕਹਿੰਦੇ ਨੇ ਜਾਂਦੇ ਚੋਰ ਦੀ ਲੰਗੋਟੀ ਸਹੀ, ਥੋੜ੍ਹਾ ਬਹੁਤਾ ਤਾਂ ਆਸਰਾ ਹੋਊਗਾ, ਅਤੇ ਪਰ ਕਿਸਾਨ ਜਿਹੜੇ ਖੁਦਕੁਸ਼ੀਆਂ ਜਿਹੜੇ ਰਾਹ ਪਏ ਹੋਏ ਨੇ ਉਹ ਲਗਾਤਾਰ ਉਵੇਂ ਚੱਲ ਰਹੀਆਂ ਨੇ। ਦੁੱਖ ਇਸ ਗੱਲ ਦਾ ਮਨਦੀਪ, ਕਿ ਜੇ ਸੱਚਮੁੱਚੀ ਕਿਸਾਨ ਜਿਹੜੇ ਉਹਨਾਂ ਦੇ ਕਰਜ਼ੇ ਮਾਫ਼ ਹੁੰਦੇ ਤਾਂ ਫਿਰ ਕਿਸਾਨ ਇਸ ਤਰ੍ਹਾਂ ਹਰ ਰੋਜ਼ ਸੜਕਾਂ 'ਤੇ ਨਾ ਬੈਠਦੇ। ਮਤਲਬ ਹੁਣ 400 ਕਰੋੜ ਜੀ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਕਹਿ ਰਿਹਾ, ਉਹ ਤਾਂ ਕਿਸਾਨਾਂ ਦੀ ਹੱਕ ਦਾ ਹੈ, ਮਤਲਬ ਗੰਨਾ ਉਹਨਾਂ ਨੇ ਵੇਚਿਆ, ਹੁਣ ਮਤਲਬ ਤੁਸੀਂ ਵੇਚ ਕੇ ਤੁਹਾਨੂੰ ਉਹ ਵੀ ਮੰਗਣਾ ਪਵੇ, ਬੜੀ ਦੁੱਖ ਦੀ ਗੱਲ ਹੈ ਕਿ ਝੋਨਾ ਮੰਡੀਆਂ 'ਚ ਪਏ ਉਹਦੇ ਲਈ ਵੀ ਲੜਨਾ ਪਵੇ ਵੀ ਖਰੀਦੋ ਸਾਨੂੰ ਪੈਸੇ ਦਿਓ, ਇਸ ਗੱਲ ਦਾ ਦੁੱਖ ਹੈ। ਅਤੇ ਕਿਸਾਨ ਨੂੰ ਹਰ ਕਦਮ 'ਤੇ ਜਿਹੜਾ ਹੈ ਬੀਜ ਤੋਂ ਲੈ ਕੇ ਖਾਦਾਂ ਨਕਲੀ, ਬੀਜ ਨਕਲੀ, ਉਦੋਂ ਬਾਅਦ ਜੇ ਔਖਾ ਸਕਾਲਾ ਗੁਆ ਲੈਂਦਾ ਹੈ, ਕਦੇ ਪਾਣੀ ਦੀ ਪ੍ਰੋਬਲਮ, ਸਾਰਾ ਕੁਛ ਕਰਨ ਤੋਂ ਬਾਅਦ ਜਦੋਂ ਉਹ ਮੰਡੀ 'ਚ ਜਾਂਦਾ ਫਿਰ ਵੀ ਉਹਦੇ ਨਾਲ ਇਸ ਕਿਸਮ ਦਾ ਧੋਖਾ ਹੋਵੇ, ਦੁੱਖ ਤਾਂ ਹੁੰਦਾ ਹੀ ਹੈ। ਪਹਿਲਾਂ ਵੀ ਕਿਸਾਨਾਂ ਦੀ ਗੱਲ ਕਰ ਰਹੇ ਸੀ ਤਾਂ ਕਿਸ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਵਿੱਚ 200 ਕਿਸਾਨ ਜਥੇਬੰਦੀਆਂ ਨੇ ਜੋ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਡੇਰੇ ਲਾਏ ਹੋਏ ਨੇ। ਉਹਨਾਂ ਨੇ ਐਲਾਨ ਵੀ ਕੀਤਾ ਹੈ ਕਿ ਮਾਰਚ ਵੀ ਕਰਨਗੇ ਸੰਸਦ ਤੱਕ ਅੱਜ। ਜੀ ਬਿਲਕੁਲ, ਦਿੱਲੀ ਦੇ ਵਿੱਚ ਤਕਰੀਬਨ 1,00,000 ਤੋਂ ਉੱਤੇ ਸਾਰੇ ਹਿੰਦੁਸਤਾਨ ਤੋਂ ਕਿਸਾਨ ਪਹੁੰਚੇ ਹੋਏ ਨੇ, ਔਰ ਕਈ ਤਾਂ ਫਿਰ ਦਿੱਲੀ ਵਾਲੇ ਡਰਨਗੇ ਉਹਨਾਂ ਤੋਂ, ਕਿਸਾਨਾਂ ਦੇ ਰੋਹ ਤੋਂ ਵੈਸੇ ਡਰਨਾ ਵੀ ਚਾਹੀਦਾ। ਤਾਮਿਲਨਾਡੂ ਦੇ ਕਿਸਾਨ ਨਾ, ਜਿਹੜੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਉਹਨਾਂ ਦੇ ਖੋਪੜੀਆਂ ਵੀ ਨਾਲ ਲੈ ਕੇ ਆਏ ਨੇ ਵੀ ਆਹ ਦੇਖੋ ਤੁਹਾਡੇ ਕਾਰਨ ਸਾਡੇ ਜਿਹੜੇ ਭਰਾ ਨੇ ਐ ਖੁਦਕੁਸ਼ੀਆਂ ਕਰਕੇ ਜਾ ਰਹੇ ਨੇ, ਇਹ ਵੀ ਉਹਨਾਂ ਦਾ ਇੱਕ ਢੰਗ ਹੈ। ਉਹਨਾਂ ਨੇ ਅੱਜ ਇਹ ਵੀ ਕਹਿਤਾ ਕਿ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਬਣਦੇ ਅਸੀਂ ਟੋਟਲੀ ਨਿਰਵਸਤਰ ਹੋ ਕੇ ਨੰਗੇ ਹੋ ਕੇ ਅਸੀਂ ਪ੍ਰਦਰਸ਼ਨ ਕਰਾਂਗੇ। 200 ਕਿਸਾਨ ਜਥੇਬੰਦੀਆਂ, ਹਰ ਗਰੁੱਪ ਦੀ ਇੱਕ ਜਥੇਬੰਦੀ ਹੈ,
किन्ने ग्रुप ने कामरेडा दे ग्रुप ने अलग अलग अकाली दल दा आपदा जे लोकल पार्टीज दे ग्रुप ने इन्नियां जथेबंदियां बन जांदियां ने। लेकिन उत्थे सब तो वधिया गल जिहड़ी मैनू लगी टिप्पणी करन समय जे मैं तुहाडे नाल सांझी करां वो ये है कि उत्थे नारे लग रहे ने कल दे अयोध्या नहीं करजा माफ़ी जी। मतलब इशू तुसीं बना रहे हो कि अयोध्या दा मंदिर बनाओ इलैक्शन लड़न लई ते किसानां दी गल नहीं करदे। किसानों का यह नारा जोड़ा है लोगों को खिंच रहा है अयोध्या नहीं करजा माफ़ी। तो हूँ करजे च दबे हुए किसान ने उत्थे बेसे स्वामीनाथन ने खुद भी आना ज बोलन सो जोड़ा है स्वामीनाथन की रिपोर्ट पूरी तरह लागू करन की गल करजा माफ़ी की गल। मतलब वैसे तो देखा जाए किसान की सब तो बड़ी मंग न हाल तक मंग इस बड़ा सौखा तरीका है कि तुसी एक सर्विसमैन की तनखा देख लो पिछले 10 सालों के हुण किन्नी वधी है तो किसानों का किन्ना वधिया 20 सालों च किन्ना 3 दहाकियां दे लै लो उन्हें जिहड़ा तुसीं किसानों का बकाया दे दो। किसानों तो हाले तो किसानों के घर के एक औरत सवेर तो 4 बजे तो लैके धारा कढ़न दुध रिड़कन तो लैके जिहड़ा कम कर रही है तो उहदा विच नहीं पैंदा जां विच पाउणा चाहीदा लोक पाउंदे नहीं। सो उत्थे अज संसद मार्च तक जिहड़ा है किसानों ने करना मार्च और मंग उन्हां दी तुहानूं दस्सिया कि करजा माफ़ी तो ये सरकार नूं समझ लैणा चाहिए। अयोध्या के मंदिर भी बनाओ राम दा राम दे नाम ते सब कुछ करो वोटां भी लाओ लेकिन किसानों की गल भी सुनो नहीं तो फिर आ खोपड़ियां जिहड़ियां हाथ च लैके आए ने ना इन्हां दी गिनती आए साल वधदी जाएगी और तुहानूं बचना मुश्किल हो जाएगा। बिल्कुल जी डॉक्टर साहब हुण जे आपां अपने गवांढ दी गल कर लईए तां कल पाकिस्तान दे प्रधानमंत्री इमरान खान भारतीय पत्रकारां दे रूबरू होए उन्होंने कई गल्लां कहीं जिन्हां विच इक वी सी कि जो कुछ पिछे होया उहदे लई भी उह जिम्मेवार नहीं ते हुण चाहुंदे ने कि मैं नरेंद्र मोदी नाल गल्लबात होवे। अज असीं जानबुझ के यह खबर इत्थे लई है लेकिन साढ़े सारे मीडिया ने दो खबरां नूं फ्रंट पेज ते छापिया नवजोत सिंधु ते गुरपाल चावला दी ते साडा जिहड़ा इलैक्ट्रॉनिक कौमी मीडिया जिहनूं नैशनल मीडिया कह दिंदे आ खास तौर ते हिंदी दा नैशनल मीडिया हिंदी दे नैशनल चैनल पता नहीं उहनां नूं की होया कि उह नवजोत सिंह सिद्धू ते चावला नूं हालांकि सरने ने चावला नूं भूंड कहा एवं कहिंदा भूंड नूं चक्की जांदे सरने दा अज इक स्टेटमेंट है किसी चैनल ने दिती वो एडी कि चीज़ है तो गल है भी ठीक पर वो तो आप चर्चा बाद भी कर सकते हैं। लेकिन जो सवाल है तुहाडा वो ये है कि जदों साढ़े पत्रकार उत्थे गए हुए सी करतारपुर के लांघे थे उन्होंने एक विशेष बैठक एक विशेष प्रेस वार्ता प्रेस कॉन्फ्रेंस कुछ भी कह लो वो हुई उहदे च बहुत बेबाकी नाल इमरान खान ने दो तीन गल्लां कहीयां जिहड़ियां चर्चा की मंग कर दियां ने। पहली गल कि जिहड़ा पिछे होया मान लो भी 71 की लड़ाई हुई है मान लो कि 48 तो बाद जिन्या 65 की 71 की लड़ाई हुई 99 तक जो भी साढ़ा वो इमरान खान का मेरा दसो इस की कसूर है जी। मेरी तो उदो पार्टी भी नहीं सी मेरा की कसूर है नंबर वन वो गलतियां लिए मैं जिम्मेवार नहीं जो पहला हुई है। दूजी गल वो ये कह रहा है कि सुषमा स्वराज जी ने तो कहता भी अमन की गलबात अपने रस्ता की है जिहड़ी ये कह रहे हैं कि असी अतवाद फैला रहे हैं वह कहते गलत गल है साड़ी जमीन पर जे अतवाद फैल रहा साढ़े राही फैल रहा तो गलत है। पहली बार क्रिटिसिजम किया उन्हें जिदे करके ना लगातार ये कह रहे हैं तो मैं भी समझा कि अतवाद का जिन्ना खतरा पाकिस्तान नू हिंदुस्तान नू उन्हें पाकिस्तान खुद भी है उत्थे भी तो हो रही है अतवाद जे इकट्ठे होकर लड़नगे तो ज़्यादा सौखा है पाकिस्तान वाले तो हिंदुस्तान अतवाद के खिलाफ लड़न। सो ये जिहड़ी उन्होंने कहा भी कश्मीर का थोनू की लगता है मसला वह कहता कि चीज़ है जिहड़ी नहीं हल हो सकती। मैनू लगता है कि इमरान खान की यह प्रेस कॉन्फ्रेंस बहुत अहम है और ये सुषमा स्वराज दे जवाब दे विच है और नाल उन्होंने ये भी गल जो भारतीय पत्रकारों नूं कही कि मेरे रस्ते खुले ने मैं तैयार बैठा नरेंद्र मोदी नाल गल करन भी तैयार बैठा। सो मैनू लगता काफ़ी अहम है एक उस गुआढ़ी वालों जिहड़ा अमन की हुण गल कर रहा है बिल्कुल जे नहीं करांगे तो इंटरनेशनल लेवल ते थोड़ी प्रॉब्लम आ सकती है कि हिंदुस्तान गल करन नूं तैयार है पाकिस्तान नहीं तैयार जी पाकिस्तान तैयार है हिंदुस्तान नहीं तैयार जी जी। डॉक्टर साहब जिवें तुसीं जिक्र कर दिता जिन्हां गल्लां करके नवजोत सिंह सिद्धू दी आलोचना हो रही है जी जदों भी उह जांदे ने कोई ना कोई मुद्दा उठाया जांदा हुण जिवें गोपाल सिंह चावला दा मुद्दा उठा लिया भी उहनां नाल तस्वीर खिचाई उहनां ने नवजोत सिंह सिद्धू ने कहा कि मैं तां जानदा भी नहीं भी कोई भी खिचा सकदा तस्वीर
मनदीप गल सही है, मैं देखिया उत्थे जिहड़ी उत्थों दी मैनेजमेंट है उहदा पाकिस्तान विच रहिंदे ने जी, पाकिस्तान नाल इकट्ठे होणा उहनां दा उन्हां नूं सूट भी करदा, उहनूं धर्म भी आ। उह किवें कहिंदे ने हिंदुस्तान दी गल, उह पाकिस्तान नूं जिंदाबाद पहलां कहिणगे ते इहने कहा वी है जी। गोपाल सिंह चावला पाकिस्तान दी जिहड़ी गुरद्वारा प्रबंधक कमेटी है उहदा है उह जनरल सैकटरी जी, और ਉਹਦੇ ਜਿਹਨੇ 26/11 ਕੀਤਾ ਇੰਡੀਆ 'ਚ ਹਾਫਿਜ਼, ਉਹਦੇ ਨਾਲ ਉਹਦੇ ਚੰਗੇ ਸੰਬੰਧ ਕਹੇ ਜਾ ਸਕਦੇ ਨੇ। ISI ਦੇ ਬਾਰੇ ਵੀ ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ, ਸਾਰੀਆਂ ਗੱਲਾਂ ਠੀਕ ਹੋ ਸਕਦੀਆਂ ਨੇ, ਪਰ ਇਹਦੇ 'ਚ ਨਵਜੋਤ ਸਿੰਘ ਸਿੱਧੂ ਕਿਵੇਂ ਗਦਾਰ ਹੋ ਗਿਆ ਜੀ? ਮਤਲਬ ਤੁਸੀਂ ਜਦੋਂ ਵੀ ਕੋਈ VIP ਹੈ ਉਹਦੇ ਨਾਲ 20 ਬੰਦੇ ਫੋਟੋਆਂ ਖਿਚਾਉਂਦੇ ਨੇ, ਸਿੱਧੂ ਬਿਲਕੁਲ ਠੀਕ ਕਹਿ ਰਿਹਾ ਜੀ, ਤੇ ਫਿਰ ਫੋਟੋ ਉਹਨੇ ਆਪਦੇ ਅਕਾਊਂਟ 'ਚ ਜਿਹੜੇ ਪਾਤੀ ਫੇਸਬੁੱਕ 'ਤੇ, ਇਕੱਲੀ ਉਹਨੇ ਆਪਦੀ ਨਹੀਂ ਪਾਈ, ਤੇ ਜਦੋਂ ਸੁਖਬੀਰ ਬਾਦਲ ਉਹਦੀ ਜਿਹੜੇ ਮੰਗ ਕਰ ਰਿਹਾ ਉਹ ਉਸੇ ਟਾਈਮ ਹੀ ਬੰਦੇ ਨੇ ਕੱਢ ਕੇ ਦਿਖਾਤੀ TV ਤੇ ਵੀ ਆ ਲੌਂਗੋਵਾਲ ਨਾਲ ਵੀ ਬੈਠਾ, ਜਦੋਂ ਲੌਂਗੋਵਾਲ ਵਾਲੇ ਉਹ ਕਹਿੰਦੇ ਜੀ ਇਹ ਤਾਂ ਸਰਕਾਰੀ ਮਹਿਮਾਨ ਸੀ, ਫਿਰ ਨਾਲ ਹਰਦੀਪ ਸਿੰਘ ਪੁਰੀ ਤੇ ਹਰਸਿਮਰਤ ਵੀ ਖੜੇ ਨੇ ਇੱਕ ਫੋਟੋ 'ਚ, ਤੋ ਐਵੀਂ ਛੋਟੀ ਛੋਟੀ ਗੱਲ 'ਤੇ ਜਿਹੜਾ ਹੈ ਸਿੱਧੂ ਨੂੰ ਘੇਰਨਾ ਵੀ ਚੰਗੀ ਗੱਲ ਨਹੀਂ। ਔਰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਮੀਡੀਆ ਨੂੰ ਵੀ, ਲੋਕਾਂ ਨੂੰ ਵੀ, ਸਿੱਖਾਂ ਦੀਆਂ ਭਾਵਨਾਵਾਂ ਦੀ ਗੱਲ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਹੈ। ਜਿਹੜੇ ਲੋਕ ਜਿਨ੍ਹਾਂ ਦਾ ਬਾਲ ਵੀ ਮਹਿੰਗਾ ਨਹੀਂ ਹੋਇਆ ਨਾ 47 ਵੇਲੇ ਜੀ, ਕੋਈ ਮੌਤ ਨਹੀਂ ਹੋਈ, ਉਹਨਾਂ ਨੇ ਕੋਈ ਦਰਦ ਨਹੀਂ ਝੱਲਿਆ ਜੀ, ਉਹ ਬੰਦੇ ਜਦੋਂ ਇਹ ਗੱਲਾਂ ਕਰਦੇ ਨਾ ਬੜਾ ਦੁੱਖ ਹੁੰਦਾ ਹੈ। ਬਿਲਕੁਲ ਜੀ, ਦੁੱਖ ਪੰਜਾਬੀਆਂ ਦੇ 10 ਲੱਖ ਬੰਦੇ ਮਰੇ, ਚਾਹੇ ਉਹ ਪੰਜਾਬ ਚਾਹੇ ਸਾਡਾ ਪੰਜਾਬ ਜੀ, ਤੇ ਜਦੋਂ ਦੋਨੇ ਪੰਜਾਬ ਸ਼ਾਂਤੀ ਦੀ ਗੱਲ ਕਰਦੇ ਨੇ ਤੇ ਜਿਹੜੇ ਬੰਦੇ ਅਸ਼ਾਂਤੀ ਦੀ ਗੱਲ ਕਰਦੇ ਨੇ, ਜਿਹੜੇ ਬੰਦੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਜੇ ਤਾਂ ਚਲੇ ਜਾਂਦੇ ਨੇ ਨਰਿੰਦਰ ਮੋਦੀ ਬਿਨਾਂ ਬੁਲਾਏ, ਜਾ ਕੇ ਆਸ਼ੀਰਵਾਦ ਲੈਂਦੇ ਨੇ, ਮੱਥੇ ਟੇਕਦੇ ਨੇ, ਖੀਰ ਖਾਂਦੇ ਨੇ ਪਾਕਿਸਤਾਨ ਦੇ ਵਿੱਚ ਨਵਾਜ਼ ਸ਼ਰੀਫ ਦੇ ਮਾਂ ਤੋਂ ਆਸ਼ੀਰਵਾਦ ਲੈ ਕੇ ਆਉਂਦੇ ਨੇ, ਉਹ ਤਾਂ ਗਦਾਰ ਨਹੀਂ। ਜੇ ਨਵਜੋਤ ਸਿੰਘ ਸਿੱਧੂ ਚਲੇ ਜਾਂਦਾ ਗਦਾਰ ਹੈ। ਇਹ ਬੜਾ ਕੁਛ ਅੱਜ ਕੱਲ੍ਹ ਰਿਵਾਜ਼ ਚੱਲ ਰਿਹਾ ਵੀ ਜੋ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਜਾਂ ਤਾਂ ਉਹ ਮੰਨੋ, ਜੇ ਨਹੀਂ ਮੰਨਦੇ ਤੁਸੀਂ ਗਦਾਰ ਹੋ। ਇਹ ਗੱਲ ਨਹੀਂ ਚੱਲਣੀ ਚਾਹੀਦੀ। ਸੱਚਮੁੱਚੀ ਸਾਨੂੰ ਖੁਸ਼ੀ ਇਸ ਗੱਲ ਦੀ ਮਨਾਉਣੀ ਚਾਹੀਦੀ ਹੈ ਕਿ ਇਸ ਕਰਤਾਰਪੁਰ ਦਾ ਲਾਂਘਾ ਖੁੱਲ੍ਹ ਗਿਆ ਅਤੇ ਜਿਹੜੀ ਇਹ ਅਰਦਾਸ ਪੂਰੀ ਹੋਈ ਹੈ। ਬਾਕੀ ਅਰਦਾਸ ਇਕੱਲੀ ਇੱਕ ਅਰਦਾਸ ਨਹੀਂ, ਸਾਡੀ ਅਰਦਾਸ 'ਚ ਸਾਰੇ ਗੁਰਧਾਮ ਜਿਹੜੇ ਵਿਛੋੜੇ ਗਏ ਨੇ ਉਹਨਾਂ ਨੂੰ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰ ਦੀ ਅਸੀਂ ਗੱਲ ਕਰਦੇ ਹਾਂ ਅਤੇ ਸਾਨੂੰ ਉਹ ਵੀ ਧਿਆਨ 'ਚ ਰੱਖਣਾ ਚਾਹੀਦਾ। ਕੜੱਤਣ ਨਹੀਂ, ਸ਼ਾਂਤੀ ਦੀ ਗੱਲ, ਗੁਰੂ ਦੇ ਨਾਂ 'ਤੇ ਸ਼ਾਂਤੀ ਦੀ ਗੱਲ। ਬਿਲਕੁਲ ਜੀ, ਆਸ ਕਰਦੇ ਹਾਂ ਜੀ ਸ਼ਾਂਤੀ ਬਣ ਜੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬਣੀ ਰਹੇ। ਬਹੁਤ ਧੰਨਵਾਦ ਡਾਕਟਰ ਸਾਹਿਬ ਆਪ ਜੀ ਦਾ, ਧੰਨਵਾਦ ਦਰਸ਼ਕਾਂ ਦਾ ਸ਼ੋਅ ਦੇਖਣ ਦੇ ਲਈ। ਹੁਣ ਸਾਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।